السلام علیکم ناظرین ناظرین میں ہوں اشتیاق جاننی اور ਤੁਸੀਂ دیکھ رہے ہو ایف ایس ڈی افیشل چینل ناظرین ਤੁਹਾਨੂੰ ਪਤਾ ਕਿ ਸਾਡਾ ਕਾਮੇਡੀ ਚੈਨਲ ਹੈਗਾ ਵਾਸੀ ਤੁਹਾਨੂੰ ਫਨੀ ਫਨੀ ਵੀਡੀਓ ਦਿਖਾਣੇ ਆ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਇੰਟਰਟੇਨ ਕਰੀਏ ناظرین ਸਾਡੇ ਛਾਨੀ بھائی ਨੇ ਜਿਹੜੇ ਛੋਟੇ ਛਾਨੀ ਸਾਡੇ ਕੋਲ ਅਕਸਰ ਤੁਸੀਂ ਦੇਖਦੇ ਹੋ ਉਹਨਾਂ ਦੀ ਕਾਮੇਡੀ ਬਹੁਤ ਅੱਛੀ ਹੁੰਦੀ ਹੈ ਉਹ ਸਾਡੇ ਕੋਲ ਤਕਰੀਬਨ ਅੱਜ ਤੋਂ ਅਜੇ 20 ਤੋਂ 25 ਦਿਨ ਹੋ ਗਏ ਨੇ ਉਹਦੇ ਬਾਜ਼ੂ ਦੋਨੋਂ ਫੈਕਚਰ ਹੋ ਗਏ ਨੇ ਇਸ ਲਈ ਅਸੀਂ ਜਰਾ ਵੀਡੀਓ ਸਾਡੀ ਥੋੜੀ ਲੇਟ ਹੋ ਗਈ ਇਨਸ਼ਾਅੱਲਾ ਅਸੀਂ ਨੈਕਸਟ ਕੋਸ਼ਿਸ਼ ਕਰਾਂਗੇ ਜਲਦ ਜਲਦ ਤੁਹਾਨੂੰ ਵੀਡੀਓ ਮਿਲੇ ਔਰ ਅਸੀਂ ਤੁਹਾਨੂੰ ਦਿਖਾਵਾਂਗੇ ਮਿਲਾਵਾਂਗੇ ਉਹਦੇ ਨਾਲ ਗੱਲਬਾਤ ਕਰਾਂਗੇ ਕਿ ਉਹਦੇ ਕਿੱਦਾਂ ਯਾਨੀ ਕਿ ਸਾਟ ਲੱਗੀ ਔਰ ਕਿਨੇ ਦਿਨ ਤੋਂ ਲੱਗੀ ਏ ਕੀ ਉਹਦੇ ਨਾਲ ਨਿਜ਼ਾਮ ਜਾ ਰਿਹਾ ਵਾ ਔਰ ਸਾਡੇ ਜਿਹੜੇ ਖਾਸ ਆਪਣੇ ਯਾਰ ਦੋਸਤ ਨੇ ਭਾਈ ਨੇ ਜਿਹੜੇ ਟੀਮ ਦੇ ਮੈਂਬਰ ਹੈਗੇ ਨੇ ਛਾਨੀ ਕੇਕੇ ਸੀ ਔਰ ਇੱਕ ਹੋਰ ਛਾਨੀ ਉਸ ਤੋਂ ਬੜੇ ਤੁਹਾਨੂੰ ਪਹਿਲੇ ਵੀ ਵੀਡੀਓ ਚ ਦਿਖਾਇਆ ਸੀਗਾ ਉਸ ਤੋਂ ਬਾਅਦ ਸਾਡੇ ਇੱਕ ਹੋਰ ਹੈਗੇ ਨੇ ਐਮ ਕੇ ਰਹਿਮਾਨ ਉਹ ਵੀ ਨਹੀਂ ਸਾਡੇ ਜਿਹੜੇ ਯਾਰ ਦੋਸਤ ਨੇ ਰੈਗੂਲਰ ਸਾਡੇ ਕੋ ਆਂਦੇ ਸੀ ਵੀਡੀਓ ਦੇ ਵਿੱਚ ਵੀ ਅਸੀਂ ਵੀਡੀਓ ਬਣਾਈ ਦੀ ਸੀ ਸਾਡੇ ਕੋ ਉਹ ਵੀ ਨਹੀਂ ਆ ਸਕੇ ਇਥੋਂ ਤੱਕ ਕਿ ਤੁਸੀਂ ਲਾ ਲੋਗੇ ਆਪਣੀ ਟੀਮ ਦੇ ਤੁਸੀਂ ਇਹ ਦੇਖ ਲਓ ਕਿ ਛਾਨੀ ਭਾਈ ਆਪਣੇ ਟੀਮ ਮੈਂਬਰ ਹੈਗਾ ਭਾਈ ਹੈਗੇ ਨੇ ਯਾਨੀ ਕਿ ਸਾਡੀ ਟੀਮ ਹੈਗੀ ਹੈ ਟੀਮ ਦਾ ਇੱਕ ਹਿੱਸਾ ਹੈਗੇ ਨੇ ਉਹ ਟੀਮ ਦਾ ਹਿੱਸਾ ਹੋ ਕੇ ਵੀ ਉਹ ਅਜੇ ਤੱਕ ਨਾ ਤਾਂ ਪਤਾ ਕਰਨ ਆਇਆ ਨਾ ਦੇਖਣ ਆਇਆ ਨਾ ਪੁੱਛਿਆ ਕਿ ਵੀ ਯਾਰ ਕੀ ਮਸਲਾ ਬਣਿਆ ਕਿੱਦਾਂ ਬਣਿਆ ਕੋਈ ਤੁਹਾਨੂੰ ਟੈਨਸ਼ਨ ਤੇ ਨਹੀਂ ਹੋਈ ਯਾਰ ਕੋਈ ਕਿਸੇ ਕਿਸਮ ਦੀ ਚੀਜ਼ ਚਾਹੀਦੀ ਹੋਵੇ ਇਹੀ ਚੀਜ਼ ਹੁੰਦੀ ਹੈ ਬਾਕੀ ਅੱਲਾ ਮਾਫ ਕਰੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਸਿਰਫ ਯਾਰੀ ਦੋਸਤੀ ਭਰਾਬੰਦੀ ਜਿਹੜੀ ਇਹੀ ਹੁੰਦੀ ਹੈ ਕਿ ਬੰਦਾ ਆ ਕੇ ਕਿਸੇ ਕੋਲ ਪੁੱਛਦਾ ਕਿ ਯਾਰ ਤੁਹਾਡੇ ਸੱਟ ਲੱਗੀ ਹੈ ਚਾਨੀ ਭਾਈ ਕਿਦਾਂ ਠੀਕ ਹੈ ਕਿ ਨਹੀਂ ਜ਼ਿਆਦਾ ਲੱਗੀ ਘੱਟ ਲੱਗੀ ਕਿਸ ਤਰ੍ਹਾਂ ਵੀ ਬਾਕੀ ਉਹ ਗਿਲਾ ਸ਼ਿਕਵਾ ਹੈ ਵਾ ਕਿਉਂਕਿ ਦੋਸਤ ਵੀ ਨੇ ਭਾਈ ਵੀ ਨੇ ਸਾਡੇ ਟੀਮ ਵੀ ਨੇ ਟੀਮ ਮੈਂਬਰ ਨੇ ਸਾਡੇ ਉਹ ਨਹੀਂ ਆਏ ਕੋਈ ਗੱਲ ਨਹੀਂ ਚਾਨੀ ਦੇ ਨਾਲ ਗੱਲ ਕਰਾਂਗੇ ਕਿ ਉਹਦੇ ਨਾਲੇ ਕਿਦਾਂ ਸੱਟ ਲੱਗੀ ਕੀ ਹੋਇਆ ਉਹਦੇ ਨਾਲ ਔਰ ਅਜ ਤੱਕ ਕਿੱਦਾਂ ਦਾ ਉਹਦੇ ਨਾਲ ਇਨਜ਼ਾਮ ਚੱਲ ਰਿਹਾ ਵਾ ਅੱਜ ਵੀ ਅਸੀਂ ਉਹਨੂੰ ਜ਼ਬਰਦਸਤੀ ਲੈ ਗਏ ਕਲੀਮ ਸ਼ੀਦ پارک ਦੇ ਵਿੱਚ ਅਸੀਂ ਇਸ ਟਾਈਮ ਕਲੀਮ ਸ਼ੀਦ پارک ਦੇ ਵਿੱਚ ਮੌਜੂਦ ਹੈਗੇ ਆਂ ਤੇ ਉਹਨਾਂ ਨਾਲ ਗੱਲ ਕਰਦੇ ਆਂ ਅਸਲਾਮੁਅਲੈਕੁਮ ਵਾਲੇਕੁਮ ਅਸਲਾਮ ਜਾਨੀ ਭਾਈ ਕੀ ਹਾਲ ਹੈ ਠੀਕ ਠਾਕ ਜਨਾਬ ਸਭ ਆਵਾਮ ਨੂੰ ਤੇ ਪਤਾ ਹੈ ਕਿ ਤੁਸੀਂ ਸਾਡੇ ਟੀਮ ਮੈਂਬਰ ਹੋ ਸਾਨੂੰ ਇਹ ਦੱਸੋਗੇ ਤੁਹਾਡੇ ਸੱਟ ਕਿੱਦਾਂ ਲੱਗੀ ਔਰ ਕਦੋਂ ਲੱਗੀ ਜੀ ਜਾਨੀ ਭਾਈ ਮੇਰੇ ਨਾਲ ਸੱਟ ਲੱਗੀ ਹੈ ਤਕਰੀਬਨ 20-25 ਦਿਨ ਹੋ ਗਏ ਨੇ ਤੇ ਮੈਂ ਨਾ ਆਹ ਤੇ ਭਾਈ ਜਿਹੜਾ ਚੈਨਲ ਦਾ ਕੰਮ ਕਰਦੇ ਵੀਡੀਓ ਬਣਾਉਣੇ ਤੇ ਅੱਬ ਬ ਪਾਰਟ ਟਾਈਮ ਜਿਹੜਾ ਮੈਂ ਦੂਸਰਾ ਕੰਮ ਕਰਦਾ ਵਾਂ ਮਜ਼ਦੂਰੀ ਇੱਕ ਬੰਦਾ ਕਰ ਸਕਦਾ ਵਾ ਮੈਂ ਕਬਾੜ ਦਾ ਕੰਮ ਕਰਦਾ ਵਾਂ ਉੱਥੋਂ ਮੈਂ ਡੇਗਿਆ ਸੀਗਾ ਤੇ ਆਪ ਬਾਜ਼ੂ ਤੁਸੀਂ ਮੇਰੇ தா ਸਕਦੇ ਆ ਚਾਦਰ ਉੱਪਰ ਕਰਕੇ ਨਾ ਤੇ ਆਵਾਮ ਨੂੰ தா ਸਕਦੇ ਆ ਕਿ ਮੇਰੇ ਵੀ 25 ਦਿਨ ਹੋ ਗਏ ਆ ਜਿਸ ਵਜ੍ਹਾ ਤੋਂ ਆਪਾ ਵੀਡੀਓ ਨਹੀਂ ਬਣਾ ਰਿਹਾ ਗਏ ਤੁਸੀਂ ਮੈਨੂੰ ਅੱਜ ਵੀ ਜ਼ਬਰਦਸਤੀ ਲੈ ਕੇ ਆਏ ਆ ਤੋਂ ਉੱਥੋਂ ਨਾ ਮੈਂ ਡੇਗਿਆ ਸੀਗਾ ਡੇਕੇ ਤੇ ਮੇਰੇ ਨਾਲ ਬਾਜ਼ੂਆਂ ਦੇ ਦੋਵਾਂ ਦਾ ਜ਼ੋਰ ਪੈ ਗਿਆ ਤੇ ਦੋਵੇਂ ਜਿਹੜੇ ਜੋੜ ਆ ਨਾ ਉਹ ਦੋਵੇਂ ਫੈਕਚਰ ਹੋ ਗਏ ਸੀਗੇ ਦੋਵੇਂ ਜੋੜ ਨਿਕਲ ਗਏ ਕੁਰੀਬ ਅੱਜ 20-25 ਦਿਨ ਹੋ ਗਏ ਆ ਤੇ ਇਨਸ਼ਾ ਅੱਲਾਹ ਕਿ ਮਾ ਤੇ ਦੱਸਾ 15 ਦਿਨਾਂ ਦੇ ਕਰ ਇਨਸ਼ਾ ਅੱਲਾਹ ਤਾਲਾ ਹੋਰ ਸੈਟ ਹੋ ਜੂ ਅੱਗੇ ਨਾਲੋਂ ਸਹੀ ਹੋ ਜੂਗੇ ਆਪਾਂ ਨੈਕਸਟ ਵੀਡੀਓ ਬਣਾਉਣ ਵਾਸਤੇ ਤਿਆਰ ਹੋ ਜਾਾਂਗੇ ਇਨਸ਼ਾ ਅੱਲਾਹ ਠੀਕ ਹੋ ਗਿਆ ਵੈਸੇ ਤੁਸੀਂ ਜਿਹੜਾ ਤੁਹਾਡਾ ਚਾਲਿਆ ਟ੍ਰੀਟਮੈਂਟ ਚਾ ਰਿਹਾ ਕਿੰਨੇ ਦਿਨ ਤੋਂ ਚਾ ਰਿਹਾ ਔਰ ਕਿੰਨੇ ਵਾਰੀ ਤੁਸੀਂ ਕੋਈ ਪੱਟੀ ਉੱਟੀ ਕਰਾਈ ਹੈ ਕਿ ਨਹੀਂ ਜਾਂ ਤੁਸੀਂ ਤਬਦੀਲ ਕਰਵਾ ਰਹੇ ਹੋ ਕਿ ਨਹੀਂ ਇਹ ਮੇਰੀ ਪੱਟੀ ਜਾਨੀ ਭਾਈ ਹੈਗੀ ਹੈ ਮੇਰਾ ਖਿਆਲ ਹੈ ਕਿ ਚੌਥੀ ਤੋਂ ਪੰਜਵੀਂ ਪੱਟੀ ਹੈ ਮੇਰੀ ਸ਼ਾਇਦ ਛੇਵੀਂ ਹੋਵੇ ਪੰਜਵੀਂ ਛੇਵੀਂ ਪੱਟੀ ਹੈ ਮੇਰੀ ਤੇ ਹੁਣ ਪਹਿਲੋਂ ਉਹਨਾਂ ਨੇ ਸਿੱਧੇ ਰੱਖੇ ਨੇ ਬਾਜੂ ਵੀ ਸਿੱਧੇ ਬਾਜੂ ਬੰਨ ਕੇ ਰੱਖ ਉਹਨੋਂ ਨਾਲ ਜਿਹੜੀ ਨੈਕਸਟ ਪੱਟੀ ਅਗਲੀ ਕਰਵਾਣੀ ਹੈ ਉਹ ਕਹਿੰਦੇ ਕਿ ਤੁਹਾਡੇ ਦੋਨੇ ਬਾਜ਼ੂ ਜਿਹੜੇ ਨੇ ਉਹ ਦੋਨੇ ਬਾਜ਼ੂ ਤੁਹਾਡੇ ਗਲ ਦੇ ਵਿੱਚ ਪਾ ਦਵਾਂਗੇ। ਤੋਂ ਫਿਰ ਇੱਕ ਦੋ ਤੁਸੀਂ ਪੱਟੀ ਕਰਵਾਓਗੇ ਕੋਈ 10-15 ਦਿਨ ਲੱਗਣਗੇ। ਤੋਂ ਬਾਕੀ ਮਾਸ਼ੱਲਾ ਤੁਹਾਡਾ ਸੈੱਟ ਹੋ ਜਾਏਗਾ। ਫਿਰ ਤੁਸੀਂ ਜਿੱਦਾਂ ਮਰਜ਼ੀ ਕਹਿੰਦੇ ਤੁਰ ਫਿਰ ਸਾਦੇ ਵੀਡੀਓ ਬਣਾ ਸਕਦੇ ਹੋ। ਆਪਣੀ ਜੋ ਮਰਜ਼ੀ ਕਰ ਸਕਦੇ ਹੋ। ਕਿ ਤੁਹਾਨੂੰ ਪਤਾ ਕਿ ਇਹ ਤੁਹਾਡੀ ਵੀਡੀਓ ਤੋਂ ਅਕਸਰ ਲੋਕ ਕਹਿੰਣਗੇ ਕਿ ਯਾਰ ਇਹ ਜਾਣ ਬੁੱਝ ਕੇ ਇੱਕ ਵੀਡੀਓ ਬਣਾਉਂਦਾ ਕਰਕੇ ਕਰਦੇ ਹੋ ਨੇ। ਜਾਂ ਤੁਸੀਂ ਆਵਾਮ ਨੂੰ ਕੀ ਕਹਿਣਾ ਚਾਹੋਗੇ? ਜਿੱਦਾਂ ਵੀ ਆ ਹੁਣ ਮੇ ਨਾਲ ਜਿਹੜੇ ਪਿਆਰ ਕਰਨ ਵਾਲੇ ਆ ਮਾਸ਼ਾਅੱਲਾ ਆਪਾਂ ਕਾਮੇਡੀ ਕਰੀਦੀ ਆਪਣੇ ਫੈਨ ਵੀ ਆ ਸਾਰੇ ਆਪਾਂ ਨਾਲ ਪਿਆਰ ਕਰਦੇ ਆ ਮੇਰੇ ਤੁਸੀਂ ਬਾਜ਼ੂ ਆ ਚਾਦਰ ਉੱਪਰ ਕਰਕੇ ਦਿਖਾ ਸਕਦੇ ਹੋ ਚਾਦਰ ਉੱਪਰ ਕਰੋ ਤੇਰੇ ਮੇਰੇ ਬਾਜ਼ੂ ਇਹ ਦੇਖੋ ਨਾਜ਼ਰੀਨਾ ਦੇ ਲੋ ਕਿ ਐਸੇ ਦੋਨੋਂ ਬਾਜ਼ੂ ਫੈਕਚਰ ਨੇ ਮੇਨ ਚੀਜ਼ ਇਹ ਦੇ ਲੋ ਕਿ ਜਿਸ ਦਿਨ ਦੇ ਯਕੀਨ ਕਰੋ ਤੁਸੀਂ ਯਕੀਨ ਕਰਨਾ ਕੀ ਨਾ ਕਰਨਾ ਇਹ ਕਪੜੇ ਜਿਹੜੇ ਨੇ ਪਾਏ ਨੇ ਜਿਸ ਦਿਨ ਇਹਨੂੰ ਮੈਂ ਪਹਿਲੇ ਟਾਈਮ ਮਿਲਿਆ ਨਾ ਪਹਿਲੇ ਦਿਨ ਜਦੋਂ ਇਹਦੇ ਸੱਟ ਲੱਗੀ ਇਹ ਕਪੜੇ ਵੀ ਅੱਜ ਤੱਕ ਉਹੀ ਨੇ ਇਹਨਾਂ ਦੇ ਮੂੰਹ ਪੁੱਛਦੇ ਨੇ ਕਿ ਇਹਨਾਂ ਨੇ ਕਪੜੇ ਬਦਲੇ ਨਹਾਏ ਜਾਂ ਕੀ ਕੀਤਾ ਇਹਨਾਂ ਦਾ ਕੀ ਨਿਜ਼ਾਮ ਚੱਲਦਾ ਰਹਿੰਦਾ ਜਿੱਦਾਂ ਦਾ ਮੈਂ ਡਿਗਿਆ ਵਾ ਨਾ ਜਿੱਦਾਂ ਦੇ ਮੇਰੇ ਸੱਟ ਲੱਗੀ ਆ ਤੁਹਾਡੀ ਕਸਮ ਆ ਕਿ ਉਦੋਂ ਦਾ ਮੈਂ ਮੂੰਹ ਵੀ ਨਹੀਂ ਥੋਤਾਗਾ ਜਿੱਦਾਂ ਮਰਜ਼ੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੈਂ ਨਾ ਉਦੋਂ ਦੇ ਕਪੜੇ ਬਦਲੇ ਆ ਨਾ ਮੈਂ ਉਦੋਂ ਦਾ ਨਹਾਤਾ ਵਾ ਤੇ ਨਾ ਮੈਂ ਉਦੋਂ ਦਾ ਮੂੰਹ ਹੀ ਥੋਤਾ ਵਾ ਅੰਮੀ ਜੀ ਮੇਰੇ ਹੈਗੇ ਨੇ ਅੰਮੀ ਜੀ ਮੇਰੇ ਰ ਤੇ ਬਾਕੀ ਅੱਲਾ ਦਾ ਸ਼ੁਕਰ ਆ ਹੁਣ ਅੱਗੇ ਨਾਲੋਂ ਫਰਕ ਆ ਠੀਕ ਆ ਤੇ ਜਿੱਦਾਂ ਮਰਜ਼ੀ ਤੁਸੀਂ ਦੇਖ ਸਕਦੇ ਹੋ ਤੇ 20-25 ਦਿਨ ਹੋ ਗਏ ਇਦਾਂ ਹੀ ਸੱਟ ਲੱਗੀ ਹੋਈ ਹੈ ਕਰੀਬ ਮਹੀਨੇ ਤੋਂ ਪਲਾਸੀ ਹੋ ਜਾਣੇ ਦਿਨ ਜਿਹੜੇ ਨੇ ਨਾਜ਼ਰ ਨਹੀਂ ਦੇ ਲੋ ਇੱਥੋਂ ਤੱਕ ਕਿ 20-25 ਦਿਨ ਮੂੰਹ ਵੀ ਨਹੀਂ ਤੋਤਾ ਇਹ ਤਾਂ ਰੋਟੀ ਉਦਾਂ ਹੀ ਖਾਈ ਆ ਰਿਹਾ ਵੈਸੇ ਹੈ ਕਿ ਨਹੀਂ ਵੈਸੇ ਇੱਥੇ ਵੀ ਕਾਮੇਡੀ ਬੰਦੀ ਆ ਬਾਕੀ ਕੋਈ ਨਹੀਂ ਅੱਲਾ ਭਾਗ ਇਹਨੂੰ ਤੰਦਰੁਸਤੀ ਦੇ ਤੇ ਜਿਹੜੇ ਸਾਡੇ ਛਾਨੀ ਭਾਈ ਨੇ ਐਮਕੇ ਰਹਿਮਾਨ ਨੇ ਤੇ ਵੱਡੇ ਛਾਨੀ ਨੇ ਛਾਨੀ ਕੇਕੇ ਸੀ ਦੇ ਲਈ ਇੱਕ ਖਾਸ ਪੇਗਾਮ ਆ ਕਿ ਇਹ ਵੀਡੀਓ ਨੂੰ ਦੇਖ ਕੇ ਭਰਾ ਨੂੰ ਮਿਲਣਾ ਆ ਜਾਵੇ ਯਾਰ ਉਹਦਾ ਵੀ ਦੇਲ ਕਰਦਾ ਹੈ ਕਿ ਯਾਰ ਯਾਰਾਂ ਦੋਸਤਾਂ ਵਿੱਚ ਇੰਨੇ ਯਾਰ ਦੋਸਤ ਆਏ ਨੇ ਕੁਝ 3-4 ਯਾਰ ਦੋਸਤ ਜਿਹੜੇ ਪੱਕੇ ਨੇ ਪੱਕੇ ਯਾਰ ਦੋਸਤ ਸੀ ਜਿਹੜੇ ਅੱਜ ਕੱਲ ਕੱਚੇ ਹੋਏ ਫਿਰਦੇ ਨੇ ਮਿਲ ਨਹੀਂ ਰਹੇਗੇ ਇਹ ਉਹਨਾਂ ਨੂੰ ਪਤਾ ਹੈਗਾ ਉਹ ਉਹਨਾਂ ਦੇ ਪਹਿਲੇ ਇੱਕ ਵੀਡੀਓ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿਸੇ ਦੇ ਨਾਲ ਉਹਨੂੰ ਪਤਾ ਲੱਗ ਜਾਏਗਾ ਕਿ ਪਹਿਲੇ 3-4 ਪੱਕੇ ਯਾਰ ਸੀਗੇ ਜਿਹੜੇ ਅੱਜ ਕੱਲ ਕੱਚੇ ਹੋ ਗਏ ਨੇ ਐਮਕੇ ਰਹਿਮਾਨ ਸ਼ਾਨੀ ਕੇਕੇ ਸੀ ਔਰ ਵੱਡੇ ਸ਼ਾਨੀ ਠੀਕ ਹੈ ਤੇ ਆ ਹੁਣ ਆਪਣੇ ਛਾਨੀ ਛੋਟੇ ਆਪਣੇ ਕੋਲ ਮੌਜੂਦ ਨੇ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਨੈਕਸਟ ਤੁਹਾਨੂੰ ਜ਼ਿਆਦਾ ਐਂਟਰਟੇਨਮੈਂਟ ਕਰੀਏ ਔਰ ਜ਼ਿਆਦਾ ਜ਼ਿਆਦਾ ਤੋਂ ਜ਼ਿਆਦਾ ਅਸੀਂ ਫਨੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਔਰ ਮਿਲਦੇ ਆ ਤੁਹਾਨੂੰ ਨੈਕਸਟ ਅਗਲੇ ਐਪੀਸੋਡ ਦੇ ਵਿੱਚ ਨੈਕਸਟ ਵੀ ਨਵੀਂ ਵੀਡੀਓ ਆਏਗੀ